ਇੱਕ ਪੁਲਿਸ ਮੁਲਾਜ਼ਮ ਦੀ ਦਾਦਾਗਿਰੀ ਕੈਮਰੇ ਦੇ ਵਿੱਚ ਕੈਦ ਹੋਈ। ਆਪਣੀ ਕਾਰ ਦੇ ਵਿੱਚ ਤੇਲ ਪਵਾਇਆ, ਜਦੋਂ ਪੰਪ ਦੇ ਕਰਿੰਦੇ ਨੇ ਪੈਸੇ ਮੰਗੇ ਤਾਂ ਇਸ ਪੁਲਿਸ ਦੇ ਮੁਲਾਜ਼ਮ ਨੂੰ ਗੁੱਸਾ ਚੜ੍ਹ ਗਿਆ ਔਰ ਪੰਪ ਦੇ ਕਰਿੰਦੇ ਨੂੰ ਕਾਰ ਦੇ ਬੋਨਟ ਤੇ ਘੜੀਸਦਾ ਹੋਇਆ ਅੱਗੇ ਤੱਕ ਲੈ ਗਿਆ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰਾ ਕਾਰਨਾਮਾ ਕੈਦ ਹੋਇਆ, ਜਦੋਂ ਪੈਸੇ ਲੈਣ ਦੇ ਲਈ ਕਾਰ ਸਵਾਰ ਪੁਲਿਸ ਮੁਲਾਜ਼ਮ ਦੇ ਅੱਗੇ ਪੰਪ ਦਾ ਕਰਿੰਦਾ ਖੜ ਗਿਆ ਤਾਂ ਪੈਸੇ ਤਾਂ ਕੀ ਦੇਣੇ ਸੀ, ਉਲਟਾ ਪੁਲਿਸ ਦੇ ਮੁਲਾਜ਼ਮ ਨੇ ਆਪਣੀ ਕਾਰ ਦੇ ਬੋਨਟ ਤੇ ਇਸ ਪੈਟਰੋਲ ਪੰਪ ਦੇ ਕਰਿੰਦੇ ਨੂੰ ਦੂਰ ਤੱਕ ਘੜੀਸਾ ਪਾ ਦਿੱਤਾ, ਜਿਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਕੇਰਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਪੈਟਰੋਲ ਪੰਪ ਤੇ ਪੁਲਿਸ ਦਾ ਮੁਲਾਜ਼ਮ ਆਇਆ, ਆਪਣੀ ਕਾਰ ਦੇ ਵਿੱਚ ਤੇਲ ਭਰਾ ਲਿਆ, ਫਿਰ ਜਦੋਂ ਪੰਪ ਦੇ ਕਰਿੰਦੇ ਨੇ ਪੈਸੇ ਮੰਗੇ ਤਾਂ ਉਲਟਾ ਇਸ ਪੁਲਿਸ ਦੇ ਮੁਲਾਜ਼ਮ ਨੇ ਆਪਣੀ ਕਾਰ ਦੇ ਬੋਨਟ ਤੇ ਇਸ ਪੰਪ ਦੇ ਕਰਿੰਦੇ ਨੂੰ ਬਿਠਾ ਲਿਆ ਤੇ ਦੂਰ ਤੱਕ ਤੇਜ਼ ਰਫਤਾਰ ਨਾਲ ਲੈ ਗਿਆ ਔਰ ਇਸਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਪੁਲਿਸ ਮੁਲਾਜ਼ਮ ਦੀ ਇਹ ਗੁੰਡਾਗਰਦੀ ਕਹਿ ਲਵੋ ਜਾਂ ਇਸਦੀ ਦਾਦਾਗਿਰੀ ਕਹਿ ਲਵੋ, ਕਿਸ ਤਰੀਕੇ ਦੇ ਨਾਲ ਪੈਸੇ ਮੰਗਣ ਤੇ ਇਸ ਨੂੰ ਗੁੱਸਾ ਚੜ੍ਹ ਗਿਆ ਔਰ ਪੰਪ ਤੋਂ ਇਸ ਤਰੀਕੇ ਨਾਲ ਹੀ ਕਾਰ ਆ ਜਿਹੜੀ ਉਹ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਪੰਪ ਦਾ ਕਰਿੰਦਾ ਖੜ ਗਿਆ, ਡਟ ਗਿਆ ਔਰ ਉਲਟਾ ਉਸਨੂੰ ਆਪਣੀ ਕਾਰ ਦੀ ਬੋਨਟ ਤੇ ਘੜੀਸਦਾ ਹੋਇਆ ਦੂਰ ਤੱਕ ਲੈ ਗਿਆ। ਹਾਲਾਂਕਿ ਪੰਪ ਦੇ ਬਾਕੀ ਕਰਿੰਦੇ ਵੀ ਮੌਕੇ ਤੇ ਪਹੁੰਚੇ ਨੇ, ਜਿਨ੍ਹਾਂ ਨੇ ਅੱਗੇ ਜਾ ਕੇ ਇਸ ਪੰਪ ਦੇ ਕਰਿੰਦੇ ਨੂੰ ਜ਼ਖਮੀ ਹਾਲਤ ਵਿੱਚ ਚੁੱਕ ਲਿਆ। ਤਾਂ ਪੁਲਿਸ ਦਾ ਮੁਲਾਜ਼ਮ ਸੀ, ਕਾਰ ਦੇ ਵਿੱਚ ਪੈਸੇ ਪੈਟਰੋਲ ਦੇ ਨਹੀਂ ਦਿੱਤੇ ਤਾਂ ਉਲਟਾ ਇੱਥੇ ਰੋਪ ਝਾੜਿਆ, ਪੰਪ ਦੇ ਕਰਿੰਦੇ ਨੂੰ ਕਾਰ ਦੇ ਬੋਨਟ ਤੇ ਬਿਠਾ ਕੇ ਦੂਰ ਤੱਕ ਲੈ ਗਿਆ। ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਇੱਕ ਪੁਲਿਸ ਮੁਲਾਜ਼ਮ ਦੀ ਦਾਦਾਗਿਰੀ ਕੈਮਰੇ ਦੇ ਵਿੱਚ ਕੈਦ ਹੋਈ। ਆਪਣੀ ਕਾਰ ਦੇ ਵਿੱਚ ਤੇਲ ਪਵਾਇਆ, ਜਦੋਂ ਪੰਪ ਦੇ ਕਰਿੰਦੇ ਨੇ ਪੈਸੇ ਮੰਗੇ ਤਾਂ ਇਸ ਪੁਲਿਸ ਦੇ ਮੁਲਾਜ਼ਮ ਨੂੰ ਗੁੱਸਾ ਚੜ੍ਹ ਗਿਆ ਔਰ ਪੰਪ ਦੇ ਕਰਿੰਦੇ ਨੂੰ ਕਾਰ ਦੇ ਬੋਨਟ ਤੇ ਘੜੀਸਦਾ ਹੋਇਆ ਅੱਗੇ ਤੱਕ ਲੈ ਗਿਆ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰਾ ਕਾਰਨਾਮਾ ਕੈਦ ਹੋਇਆ, ਜਦੋਂ ਪੈਸੇ ਲੈਣ ਦੇ ਲਈ ਕਾਰ ਸਵਾਰ ਪੁਲਿਸ ਮੁਲਾਜ਼ਮ ਦੇ ਅੱਗੇ ਪੰਪ ਦਾ ਕਰਿੰਦਾ ਖੜ ਗਿਆ ਤਾਂ ਪੈਸੇ ਤਾਂ ਕੀ ਦੇਣੇ ਸੀ, ਉਲਟਾ ਪੁਲਿਸ ਦੇ ਮੁਲਾਜ਼ਮ ਨੇ ਆਪਣੀ ਕਾਰ ਦੇ ਬੋਨਟ ਤੇ ਇਸ ਪੈਟਰੋਲ ਪੰਪ ਦੇ ਕਰਿੰਦੇ ਨੂੰ ਦੂਰ ਤੱਕ ਘੜੀਸਾ ਪਾ ਦਿੱਤਾ, ਜਿਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਕੇਰਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਪੈਟਰੋਲ ਪੰਪ ਤੇ ਪੁਲਿਸ ਦਾ ਮੁਲਾਜ਼ਮ ਆਇਆ, ਆਪਣੀ ਕਾਰ ਦੇ ਵਿੱਚ ਤੇਲ ਭਰਾ ਲਿਆ, ਫਿਰ ਜਦੋਂ ਪੰਪ ਦੇ ਕਰਿੰਦੇ ਨੇ ਪੈਸੇ ਮੰਗੇ ਤਾਂ ਉਲਟਾ ਇਸ ਪੁਲਿਸ ਦੇ ਮੁਲਾਜ਼ਮ ਨੇ ਆਪਣੀ ਕਾਰ ਦੇ ਬੋਨਟ ਤੇ ਇਸ ਪੰਪ ਦੇ ਕਰਿੰਦੇ ਨੂੰ ਬਿਠਾ ਲਿਆ ਤੇ ਦੂਰ ਤੱਕ ਤੇਜ਼ ਰਫਤਾਰ ਨਾਲ ਲੈ ਗਿਆ ਔਰ ਇਸਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਪੁਲਿਸ ਮੁਲਾਜ਼ਮ ਦੀ ਇਹ ਗੁੰਡਾਗਰਦੀ ਕਹਿ ਲਵੋ ਜਾਂ ਇਸਦੀ ਦਾਦਾਗਿਰੀ ਕਹਿ ਲਵੋ, ਕਿਸ ਤਰੀਕੇ ਦੇ ਨਾਲ ਪੈਸੇ ਮੰਗਣ ਤੇ ਇਸ ਨੂੰ ਗੁੱਸਾ ਚੜ੍ਹ ਗਿਆ ਔਰ ਪੰਪ ਤੋਂ ਇਸ ਤਰੀਕੇ ਨਾਲ ਹੀ ਕਾਰ ਆ ਜਿਹੜੀ ਉਹ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਪੰਪ ਦਾ ਕਰਿੰਦਾ ਖੜ ਗਿਆ, ਡਟ ਗਿਆ ਔਰ ਉਲਟਾ ਉਸਨੂੰ ਆਪਣੀ ਕਾਰ ਦੀ ਬੋਨਟ ਤੇ ਘੜੀਸਦਾ ਹੋਇਆ ਦੂਰ ਤੱਕ ਲੈ ਗਿਆ। ਹਾਲਾਂਕਿ ਪੰਪ ਦੇ ਬਾਕੀ ਕਰਿੰਦੇ ਵੀ ਮੌਕੇ ਤੇ ਪਹੁੰਚੇ ਨੇ, ਜਿਨ੍ਹਾਂ ਨੇ ਅੱਗੇ ਜਾ ਕੇ ਇਸ ਪੰਪ ਦੇ ਕਰਿੰਦੇ ਨੂੰ ਜ਼ਖਮੀ ਹਾਲਤ ਵਿੱਚ ਚੁੱਕ ਲਿਆ। ਤਾਂ ਪੁਲਿਸ ਦਾ ਮੁਲਾਜ਼ਮ ਸੀ, ਕਾਰ ਦੇ ਵਿੱਚ ਪੈਸੇ ਪੈਟਰੋਲ ਦੇ ਨਹੀਂ ਦਿੱਤੇ ਤਾਂ ਉਲਟਾ ਇੱਥੇ ਰੋਪ ਝਾੜਿਆ, ਪੰਪ ਦੇ ਕਰਿੰਦੇ ਨੂੰ ਕਾਰ ਦੇ ਬੋਨਟ ਤੇ ਬਿਠਾ ਕੇ ਦੂਰ ਤੱਕ ਲੈ ਗਿਆ।
ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ।